ਦਰਬਾਰ ਕੀ ਜੈ ਜਿਕਰ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜਿਕਰ ਆਪੀਰਾ ਤੋਂ ਉਸ ਪਾਕ ਗਿਆਰਵੀਂ ਵਾਲੀ ਸਰਕਾਰ ਦਾ ਬੋਲ ਸਾਜੇ ਦਰਬਾਰ ਕੀ ਜੈ ਲੋ ਤੁਹਾਡੀ ਸੇਵਾ ਚ ਸੋਹਣੀਆਂ ਦੁਗਲ ਨਿਕਾਲਣ ਵਾਲੀ ਔਰ ঠিক আছে তো হাজরে দাতাজি দরবার তে ਜਿਨ੍ਹਾਂ ਦੀ ਖੁਸ਼ੀ ਵਿੱਚ ਅੱਜ ਇਹ ਮੇਲਾ ਮਨਾਇਆ ਜਾ ਰਿਹਾ ਮੇਲੇ ਵਾਲੀ ਸਰਕਾਰ ਨਾਤੇ ਦਾਨ ਕੀਤਾ ਮੇਰੇ ਵੱਲੋਂ ਸ਼ੁਕਰੀਆ ਜੀ ਸਾਰੀ ਸੰਗਤ ਦੇ ਨਾਤੇ ਦਾਨ ਕੀਤਾ ਤੇ ਮੇਰੇ ਵੱਲੋਂ ਸ਼ੁਕਰੀਆ ਜੀ ਹਾਂਜੀ ਨਾਤੇ ਚੰਦ ਮੀਟਰ ਡਾਂਸ ਮੀ ਸਰੂਹੀ ਫਰੋਮ ਫਗਵਾੜਾ ਤੇ ਮੀ ਸੋਨੀਆ ਦੁਕਲ ਜੀ ਹਾਂਜੀ ਡਾਂਸ ਹਾਂਜੀ ਮੈਡਮ ਮੁਸਕਾਨ ਜੀ ਬਲਾ ਚਾਲ ਸਾਰੀ ਮੁਸਕਾਨ ਤੇ ਮੀ ਰੂਹੀ ਜਿਨ੍ਹਾਂ ਸਰਕਾਰਾਂ ਦੀਆਂ ਅੱਜ ਖੁਸ਼ੀਆਂ ਹੋ ਰਹੀਆਂ ਸ਼ੁਕਰੀਆ ਥੈਂਕ ਯੂ ਸੋ ਮਚ ਮੇਰੇ ਮੌਲਾ ਤੇ ਆਇਆ ਹਜ਼ੂਰ ਸੇ
ਵਾਲੀ ਸਰਕਾਰ ਦੇ ਨਾਂ ਦੀ ਵੇਲ ਤੇ ਸੱਚੀਆਂ ਸਰਕਾਰਾਂ ਦੇ ਨਾਂ ਦੀ ਵੇਲ। ਲਓ ਜੀ ਸਭ ਤੋਂ ਪਹਿਲਾਂ ਦਾਤਾ ਜੀ ਦਾ ਸਵੇਰਾ। ਹੈਲੋ ਹੈਲੋ ਸਿਰ ਦਿੱਤੇ ਆਣਾ ਜਾਵੇ।
सारी संगत ना दीवे ते होर व्यंगवाद ना दीवे ते दादियां ना दीवे पीर फकीरा दे ना दीवे ते सारी संगत ना दीवे ते दादियां ना दीवे ਅੰਜ ਦਾ ਸਰਮੇਂਦਨਾ ਉਮਰੇ ਸ਼ਾਹ ਸੱਚੀਆਂ ਸਰਕਾਰਾਂ ਦੇ ਨਾਤੇ ਸੀ ਸਾਡੇ ਕੋਲ ਗੁਮਾਨ ਕਰਦੇ ਮੜਾਲੀ ਵਾਲੀਆਂ ਸਰਕਾਰਾਂ ਦੇ ਨਾਤੇ ਪੀਰ ਬਾਬਾ ਅਬਦੁੱਲਾ ਸ਼ਾਹ ਕਾਦਰੀ ਸਰਕਾਰਾਂ ਦੇ ਨਾਤੇ ਤੇ ਬੱਕੇ ਵਾਲੀ ਸਰਕਾਰ ਦੇ ਨਾਤੇ ਜਦ ਤੱਕ ਗੁਲਾਮੀ ਸ਼ਾਹ ਸੱਚੀਆਂ ਸਰਕਾਰਾਂ ਦੇ ਨਾਤੇ ਜਿੰਨੇ ਵੀ ਔਰਤ ਆਏ ਸਹਿਤ ਨੂੰ ਸ਼ੁਕਰੀਆ ਕਰਦੇ ਹਾਂ ਥੈਂਕ ਯੂ ਸੋ ਮਚ ਜੀ ਹਾਂਜੀ ਹੋਰ ਬਹੁਤ ਸਾਰੀ ਬੇਨਤੀ ਮੈਂ ਜਿਨ੍ਹਾਂ ਸਰਕਾਰਾਂ ਦੀਆਂ ਖੁਸ਼ੀਆਂ ਹੋ ਰਹੀਆਂ ਸਾਡੀ ਮਿਊਨਿਸਪੈਲਿਟੀ ਦਾ ਮਾਣ ਕਰਦੇ ਨੇ ਸ਼ੁਕਰੀਆ ਹਾਂਜੀ ਹੋਰ ਬਹੁਤ ਸਾਰੀ ਬੇਨਤੀ ਮੈਂ ਜੀ ਸਾਡੇ ਬਾਬਾ ਜੀ ਨਾਤੇ ਜਿਨ੍ਹਾਂ ਸਰਕਾਰ ਮੇਲਾ ਹੋ ਰਿਹਾ ਦਿਨਾਤੀ ਹੋਰ ਬਸਰ ਗੰਗਮਾ ਜੀ ਬਾਪੂ ਲਾਲ ਵਾਸਾ ਜੀ ਨਕੋਦਰ ਵਾਲੀ ਸਰਕਾਰ ਦਿਨਾਤੀ ਮਡਾਲੀ ਵਾਲੀ ਸਰਕਾਰ ਦਿਨਾਤੀ ਪੰਜਾਬ ਪੀਰਾਂ ਨਾਲ ਸਰਕਾਰ ਦਿਨਾਤੀ ਥੈਂਕ ਯੂ ਅੱਗੇ ਹੋ ਕੇ ਦੇਖੋ ਜਿਨ੍ਹਾਂ ਸਰਕਾਰਾਂ ਦੀਆਂ ਖੁਸ਼ੀਆਂ ਹੋ ਰਹੀਆਂ ਸਾਡੇ ਸਾਈਂ ਜੀ ਵੱਲੋਂ ਬਹੁਤ ਸਾਰੀ ਬੇਨਤੀਆਂ ਆ ਸਾਨੂੰ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਨੇ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਹਾਂਜੀ ਹੋਰ ਬਹੁਤ ਸਾਰੀ ਬੇਨਤੀਆਂ ਜੀ ਬਾਬਾ ਪਰਗਨ ਦਾਸ ਜੀ ਸਾਡੇ ਬਾਬਾ ਜੀ ਨਾਤੇ ਜਿਨ੍ਹਾਂ ਸਰਕਾਰ ਦੀ ਖੁਸ਼ੀਆਂ ਹੋ ਰਹੀਆਂ ਨਾ ਦਿਨਾਤੇ ਹੋਰ ਬਹੁਤ ਸਾਰੀ ਬੇਨਤੀਆਂ ਜੀ ਬਾਪੂ ਲਾਲ ਵਾਸਾ ਜੀ ਨਕੋਦਰ ਵਾਲੀਆਂ ਸਰਕਾਰਾਂ ਦਿਨਾਤੇ ਮਡਾਲੀ ਵਾਲੀਆਂ ਸਰਕਾਰ ਦਿਨਾਤੇ ਸਰਪਾਰਟੀ ਨਾਤੇ ਥੈਂਕ ਯੂ ਹਾਂਜੀ
ਹਾਂਜੀ ਬਸ ਹੋ ਜਾਂਦਾ ਮੈਂ ਸੱਚੀਆਂ ਸਰਕਾਰਾਂ ਦੇ ਨਾਤੇ ਹਾਂਜੀ ਬੇਲ ਰਪੈ ਦੀਵੇ ਤੇ ਕਾਲੂ ਸ਼ਾਹ ਸਰਕਾਰਾਂ ਦੇ ਨਾ ਦੀ ਬੇਲ ਤੇ ਦਾਤਾ ਜੀ ਦੇ ਨਾਂ ਦੀ ਬੇਲ ਉਸ ਦੀ ਦੁਨੀਆ ਗੁਲਾਮ ਹੋਤੀ ਹੈ ਹੋਤਾ ਹੈ ਉਸਕੀ ਦੁਨੀਆ ਗੁਲਾਮ ਹੋਤੀ ਹੈ ਜੋ ਅਲੀ ਕਾ ਗੁਲਾਮ ਹੋਤਾ ਹੈ ਤੇਰੇ ਮਸਜਿਦ ਮੇ ਜੋ ਵੀ ਆ ਜਾਏ ਉਸਕੋ ਹਰ ਜਾ ਸਲਾਮ ਹੋਤਾ ਹੈ ਬਾਬਾ ਜੀ ਤੇ ਕੋਈ ਰੰਗ ਸਾਵਾ ਕੋਈ ਰੰਗ ਪੀਲਾ ਤੇ ਕੋਈ ਲਾਲ ਗੁਲਾਬੀ ਕਰਦਾ ਬਣੀ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਇਹ ਕਿਸੇ ਕਿਸੇ ਨੂੰ ਚੜਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਪੀਰਾਂ ਦਾ ਸਾਰਿਆਂ ਪੀਰਾਂ ਦਾ ਸਾਰਿਆਂ ਪੀਰਾਂ ਦਾ ਅਲੀ ਪੀਰੇ ਸਾਰਿਆਂ ਪੀਰਾਂ ਦਾ ਅਲੀ ਪੀਰੇ ਰੱਬ ਨੇ ਬਣਾਇਆ ਵੇ ਨਜ਼ੀਰੇ ਸਾਰਿਆਂ ਪੀਰਾਂ ਦਾ ਅਲੀ ਪੀਰੇ ਸਾਰੇ
ਸਾਡੇ ਪੀਰਾਂ ਦਾ ਅਲੀ ਪੀਰੇ ਬੜਾ ਨਦੀਰੇ ਸਾਰੇ ਪੀਰਾਂ ਦਾ ਅਲੀ ਪੀਰੇ ਗਾਰਮੀ ਵਾਲੇ ਗਰਮੀ ਵਾਲੇ ਦਾਣਾ ਡੁੱਬੀ ਹੋਈ ਤਾਰੀ ਜਾਏਗੀ ਗਰਮੀ ਵਾਲੇ ਦਾਣਾ ਸਰਪੰਚ ਜੀ ਦੇ ਨਾਂ ਤੇ ਇੱਕ ਹੋਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕੋਈ ਵੀ ਗਲਤ ਮੇਲ ਨਾ ਕਰਾਓ ਜਿੰਨੀ ਵੀ ਮੇਲਾਂ ਕਰਾਈਆਂ ਦਾਦੇ ਦੇ ਨਾਮ ਦੀਆਂ ਕਰਾਓ ਤੇ ਇਹਦੇ ਲਈ ਸ਼ੁਕਰੀਆ ਕਰਦੇ ਹਾਂ ਥੈਂਕ ਯੂ ਸੋ ਮਚ ਮੁਸਰਾ ਦੇ ਨਾਂ ਦੀ ਵੇਲ ਤੇ ਦਾਤਾ ਨੰਦ ਕਿਸ਼ੋਰ ਜੀ ਦੇ ਨਾਂ ਦੀ ਵੇਲ ਤੇ ਰਾਜੀ ਬਾਬਾ ਜੀ ਦੇ ਨਾਂ ਦੀ ਵੇਲ ਤੇ ਸਾਡੇ ਵਿੱਕੀ ਸਾਈਂ ਜੀ ਵੇਲ ਕਰਾਉਂਦੇ ਨੇ ਤੇ ਰਾਜੀ ਸਾਈਂ ਜੀ ਦੇ ਨਾਂ ਦੀ ਵੇਲ ਤੇ ਖਾਨ ਖਾਨਾ ਵਾਲਿਆਂ ਦੇ ਨਾਂ ਦੀ ਵੇਲ ਉਹ ਮੈਂ ਮੰਗਦਾ ਮੇਰਾ ਸਰਕਾਰ ਦਾ ਗਰਮੀ ਵਾਲੇ ਦਾਣਾ
और विक्की जी स्पेशली नूरमल वाले ओना दे नाते और जिंद्रा एचडी स्टूडियो ओना दे नाते ते बदन की ती मेहरबानी शुक्रिया जी और बेटा होर स्पेशली लक दा टपीर लाला वाली सरकार दे नाते सारी संगत नाते दान की ते मेहरबानी शुक्रिया जी तो मैं जी एक छोटी जी गजल है उस तो बाद जिंद्रा हस दा मां पढ़ जो इस तरह के हां जी लाला समझी गणा जितना यार गरीब होवे ओदी संगत बेकार ना समझी ते फुल तोड़ के सुटे आई गेरा नाल जान वाली दिल तरिख दुटे आई ਪਿਤਾ ਪਿਆਰ 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 ਪਾਕ ਪਿਆਰ ਪਿਆਰ ਪਾਕ ਪਿਆਰ 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 ਪਾਕ ਪਿਆਰ ਪਾਕ ਪਿਆਰ ਪਿਆਰ ਪਾਕ ਪਿਆਰ ਪਿਆਰ ਸੋਹਣਾ ਤੁਸੀਂ ਕਿਹਾ ਜੋਰੋ ਜੋਰੀ ਲੈ ਗਿਆ ਮੈਨੂੰ ਲੁੱਟ ਕੇ ਪਾਕ ਪਿਆਰ ਪਿਆਰ ਸਕੀ ਸੁਲਤਾਨ ਲੱਖਦਾ ਤੇ ਸਰਕਾਰ ਦੇ ਨਾਤੇ ਬਹੁਤ ਸਾਰੀ ਬੇਨਤੀਆਂ ਆ ਤੇ ਸਾਈਂ ਬਾਬਾ ਜੀ ਦੇ ਨਾਤੇ ਸ਼ਿਡਰੀ ਵਾਲੀ ਸਰਕਾਰ ਦੇ ਨਾਤੇ ਸਾਡੀ ਮਿਊਨਿਸਪੈਲਿਟੀ ਦਾ ਮਾਣ ਕਰਦੇ ਨੇ ਸ਼ੁਕਰੀਆ ਜੀ ਹੋਰ ਬਹੁਤ ਸਾਰੀ ਬੇਨਤੀਆਂ ਆ ਸਾਡੀ ਮਿਊਨਿਸਪੈਲਿਟੀ ਦਾ ਮਾਣ ਕਰਦੇ ਨੇ ਚੇਤਾ ਭੁੱਲ ਗਿਆ ਹਾਂਜੀ ਬਹੁਤ ਸਾਰੀ ਬੇਨਤੀਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਤੇ ਆਉਣ ਤੋਂ ਜਿੰਨੀ ਵੀ ਸੰਗਤ ਆਈ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਤੇ ਤੇ ਨਕੋਦਰ ਵਾਲੀਆਂ ਸਰਕਾਰਾਂ ਦੇ ਨਾਤੇ
ਬਹੁਤ ਸਾਰੀਆਂ ਤਨਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਨਕੋਦਰ ਵਾਲੀ ਸਰਕਾਰ ਦੇ ਨਾਂ ਤੇ, ਲਾਡੀ ਸ਼ਾਹ ਸਰਕਾਰ ਦੇ ਨਾਂ ਤੇ, ਮਰਾਜ ਸ਼ਾਹ ਸਰਕਾਰ ਦੇ ਨਾਂ ਤੇ ਸ਼ੁਕਰੀਆ ਥੈਂਕ ਯੂ। ਰਾਜਾ ਸਾਹਿਬ ਜੀ ਮਜਾਰੇ ਵਾਲੀ ਸੱਚੀਆਂ ਸਰਕਾਰਾਂ ਦੇ ਨਾਂ ਤੇ, ਔਰ ਬੈਂਕਾ ਹੋ ਰਹੇ ਰਵਿਦਾਸ ਸਪੋਰਟਸ ਕਲੱਬ ਪਿੰਡ ਮਹਿਰਮਪੁਰ ਵਾਲਿਆਂ ਦੇ ਨਾਂ ਤੇ, ਔਰ ਬੈਂਕਾ ਹੋ ਰਹੇ ਮਹਿਰਮਪੁਰ ਤੋਂ ਲੱਖ ਲੱਖ ਰੁਪਏ ਲੈਣ ਵਾਲੀ ਸਰਕਾਰਾਂ ਦੇ ਨਾਂ ਤੇ, ਔਰ ਬੈਂਕਾ ਹੋ ਰਹੇ ਬਾਬਾ ਧਿਆਨ ਦਾਸ ਜੀ ਜਿਮ ਸਪੋਰਟਸ ਕਲੱਬ ਪਿੰਡ ਮਹਿਰਮਪੁਰ ਵਾਲੇ, ਬਾਬਾ ਧਿਆਨ ਦਾਸ ਜੀ ਜਿਮ ਸਪੋਰਟਸ ਕਲੱਬ ਮਹਿਰਮਪੁਰ ਵਾਲਿਆਂ ਦੇ ਨਾਂ ਤੇ ਮੈਂ ਮਨਨ ਕੀਤੀ ਮਿਹਰਬਾਨ ਸ਼ੁਕਰੀਆ ਜੀ। ਔਰ ਬੈਂਕਾ ਹੋ ਰਹੇ ਸਪੈਸ਼ਲੀ ਦਾਤਿਆਂ ਦੇ ਨਾਂ ਤੇ, ਵੀਰਾਂ ਦੇ ਨਾਂ ਤੇ, ਲੱਖ ਲੱਖ ਰੁਪਏ ਲਾਲਾ ਵਾਲੀ ਸਰਕਾਰਾਂ ਦੇ ਨਾਂ ਤੇ ਬੈਂਕ ਮਨਨ ਕੀਤੀ ਮਿਹਰਬਾਨ ਸ਼ੁਕਰੀਆ। ਜਾਮੀ ਬੋਲਣਾ ਛੱਡ ਕੇ ਨਾ ਜਾਮੀ ਮੇਰੇ ਬੋਲਣਾ ਛੱਡ ਕੇ ਨਾ ਜਾਮੀ ਮੇਰੇ ਬੋਲਣਾ ਛੱਡ ਕੇ ਨਾ ਜਾਮੀ ਮੇਰੇ ਬੋਲਣਾ ਹੋ ਇੱਕ ਵਾਰੀ ਰੁੱਸ ਗਏ ਇੱਕ ਵਾਰੀ ਰੁੱਸ ਜਿਹੜੇ ਕਿ ਇਸ ਟਾਈਮ ਸਾਊਂਡ ਚਲਾ ਰਹੇ ਨੇ ਉਹਨਾਂ ਦੇ ਨਾਤੇ, ਹੋਰ ਜਿਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਬੈਠੇ ਨੇ ਉਹਨਾਂ ਦੇ ਨਾਤੇ ਵੀ ਮੈਦਾਨ ਕੀਤੀ ਮਿਹਰਬਾਨੀ ਸ਼ੁਕਰੀਆ ਜੀ। ਲੰਘ ਕੇ ਪੀਤੀ ਤੇ ਕੀ ਪੀਤੀ ਕਰਨੀ ਦਾਤਾ ਦੇ ਮੇਲੇ ਦੀ ਖੁਸ਼ੀ ਹੋਵੇ, ਮੇਲਾ ਲੰਘ ਕੇ ਕੀਤੀ ਤੇ ਕੀ ਕੀਤੀ। ਸਾਰੇ ਆਪਾਂ ਮੇਲੇ ਦੀਆਂ ਖੁਸ਼ੀਆਂ ਨੂੰ ਮਾਣ ਰਹੇ ਹਾਂ। ਦਾਤਾ ਸਰਕਾਰ ਨੇ ਸਾਡੀ ਝੋਲੀ ਦੇ ਵਿੱਚ ਬੜਮੁੱਲੀਆਂ ਖੁਸ਼ੀਆਂ ਪਾਈਆਂ ਨੇ, ਇਸੇ ਕਰਕੇ ਜਿੰਨੀਆਂ ਵੀ ਰੂਹਾਂ ਇੱਥੇ ਸਜੀਆਂ ਨੇ ਇਹਨਾਂ ਖੁਸ਼ੀਆਂ ਦਾ ਆਨੰਦ ਮਾਣਨ ਵਾਸਤੇ ਆਈਆਂ ਨੇ, ਤੇ ਬਹੁਤ ਸਾਰਾ ਬਤੌਰੇ ਆਸ਼ੀਰਵਾਦ ਮੇਰੇ ਸਾਹਿਬ ਦੇ ਚਰਨਾਂ ਦੇ ਵਿੱਚੋਂ ਆ ਰਿਹਾ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਚੱਲਦੇ ਹਾਂ ਇਸ ਖੂਬਸੂਰਤ ਮਹਿਫਲ ਦੀ ਖੂਬਸੂਰਤ ਬੰਦਗੀ ਦੇ ਨਾਲ। ਕਹਿੰਦੇ ਨੇ ਕਿ ਜਿਸ ਮਹਿਫਲ ਦਾ ਆਗਾਜ਼ ਅੱਛਾ ਹੋਵੇ, ਜਿਸ ਮਹਿਫਲ ਦਾ ਆਗਾਜ਼ ਅੱਛਾ ਹੋਵੇ ਤੇ ਅੰਜਾਮ ਵੀ ਖੁਦ ਬ ਖੁਦ ਅੱਛਾ ਹੁੰਦਾ। ਤੇ ਅੱਜ ਬੜੀ ਖੂਬਸੂਰਤ ਮਹਿਫਲ ਸਜੀ ਹੈ, ਉਸ ਮਹਿਫਲ ਦਾ ਆਗਾਜ਼ ਲੈ ਕੇ ਪਹਿਲੀ ਖੂਬਸੂਰਤ ਬੰਦਗੀ ਦੇ ਨਾਲ ਤੁਹਾਡੇ ਚਰਨਾਂ ਦੇ ਵਿੱਚ ਪੇਸ਼ੇ ਖਿਦਮਤ। ਹਾਂਜੀ ਬਾਬਾ ਜੀ, ਕਿਉਂਕਿ ਪਹਿਲੀ ਵਾਰ ਤੁਹਾਡੇ ਨਾਲ ਮੁਲਾਕਾਤ ਹੋਈ ਹੈ। ਅੱਛਾ, ਹਾਂ, ਠੰਡ ਦਾ ਸਮਾਂ ਤਾਂ ਲੋਹੀ ਲੈ ਲਓ, ਕੋਈ ਗੱਲ ਨਹੀਂ। ਹਾਂਜੀ, ਥੈਂਕ ਯੂ ਜੀ ਤੁਹਾਡੇ ਸਾਰਿਆਂ ਦਾ, ਕਿਉਂਕਿ ਜਿਹੜੇ ਜਿੰਨੇ ਵੀ ਖੂਬਸੂਰਤ ਜਿਹੜੇ ਇੱਥੇ ਸੱਜੇ ਬੈਠੇ ਨੇ, ਖੂਬਸੂਰਤ ਰੂਹਾਂ ਬੈਠੀਆਂ ਨੇ, ਸਾਰਿਆਂ ਵੱਲੋਂ ਬਤੌਰੇ ਆਸ਼ੀਰਵਾਦ ਬਹੁਤ ਸਾਰਾ ਇਨਾਮ ਆ ਰਿਹਾ ਹੈ। ਥੈਂਕ ਯੂ, ਤੇ ਸਾਡੇ ਬਾਬਾ ਜੀ ਮੰਗਿਆ ਤੋਂ, ਹਾਂਜੀ ਸਾਹਿਬ, ਉਹਨਾਂ ਦੇ ਚਰਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ। ਤੁਹਾਨੂੰ ਸਾਰਿਆਂ ਨੂੰ ਵੀ ਕੋਟੀ ਕੋਟੀ ਪ੍ਰਣਾਮ ਹੈ ਕਿ ਕਜ਼ਾ ਕੋ ਇਤਨਾ ਬਾਂਧਾ ਕੇ ਅਦਾ ਬਣਾ ਦਿਆ ਕਜ਼ਾ ਮਿਨ ਮੌਤ। ਉਰਦੂ ਦਾ ਸ਼ਾਇਰ ਮਨਜੀਤ ਆਲਮ ਫਰਮ ਗੜ ਸ਼ੰਕਰ ਲਿਖਦਾ ਹੈ ਕਿ ਕਜ਼ਾ ਕੋ ਇਤਨਾ ਬਾਂਧਾ ਕੇ ਅਦਾ ਬਣਾ ਦਿਆ, ਦਰਦ ਕੋ ਇਤਨਾ ਮਸਲਾ ਕੇ ਦੁਆ ਬਣਾ ਦਿਆ, ਜ਼ੂ ਤੋਂ ਹਜ਼ਾਰੋਂ ਪੱਥਰ ਪੜੇ ਹੈ ਜ਼ਮਾਨੇ ਮੇਂ, ਲੇਕਿਨ ਮੁਰਸ਼ਦ ਨੇ ਜਿਸੇ ਤਰਾਸ਼ਾ ਉਸੇ ਖੁਦਾ ਬਣਾ ਦਿਆ। ਤੇ ਤੁਸੀਂ ਖੁਦਾ ਦੀਆਂ ਤਰਾਸ਼ੀਆਂ ਹੋਈਆਂ ਸਾਰੀਆਂ ਖੂਬਸੂਰਤ ਰੂਹਾਂ ਬੈਠੇ ਹੋ, ਤੇ ਜਿੱਥੇ ਰੋਣ ਦਾ ਉੱਥੇ ਮਜ਼ਾ ਆਉਂਦਾ ਜਿੱਥੇ ਕੋਈ ਚੁੱਪ ਕਰਾਉਣ ਵਾਲਾ ਹੋਵੇ, ਤੇ ਸੁਣਾਉਣ ਦਾ ਉੱਥੇ ਮਜ਼ਾ ਆਉਂਦਾ ਜਿੱਥੇ ਕੋਈ ਸੁਣਨ ਵਾਲਾ ਹੋਵੇ। ਤੇ ਅੱਜ ਸਰੋਤਿਆਂ ਦੀ ਮਹਿਫਲ ਦੇ ਵਿੱਚ ਕੰਮ ਕਰਨ ਦਾ ਸਵਾਦ ਆ ਰਿਹਾ। ਚੱਲਦੇ ਹਾਂ ਕੁਛ ਵੇਲਾ ਦੇ ਨਾਲ, ਉਸ ਤੋਂ ਬਾਅਦ ਲੈ ਕੇ ਆਵਾਂਗੇ ਖੂਬਸੂਰਤ ਬਣ ਕੇ ਸੁਬਿਆਤ ਮੈਂ ਸਪੈਸ਼ਲੀ ਸੱਚ ਕੀਰਤ ਦੇ ਨਾਂ ਤੇ, ਸੱਚ ਕੀਰਤ ਜੀ ਉਹਨਾਂ ਦੇ ਨਾਂ ਤੇ, ਔਰ ਬੈਂਕਾ ਹੋ ਰਹੇ ਜਿੰਨੇ ਵੀ ਪ੍ਰਦੇਸਾਂ ਚ ਗਏ ਨੇ, ਸਪੈਸ਼ਲੀ ਉਹਨਾਂ ਦੀ ਮਾਤਾ ਜੀ ਵੱਲੋਂ ਆਪਣੇ ਬੇਟੇ ਦੇ ਨਾਂ ਤੇ ਉਹਨਾਂ ਦੇ ਸੁੱਖ ਸ਼ਾਂਤੀ ਵਾਸਤੇ ਬੈਂਕ ਮੈਦਾਨ ਕੀਤੀ ਮਿਹਰਬਾਨੀ ਸ਼ੁਕਰੀਆ ਜੀ। ਔਰ ਬੈਂਕਾ ਹੋ ਰਹੇ ਰੂਪੀ ਸਰਪੰਚ ਦੇ ਨਾਂ ਤੇ, ਰੂਪੀ ਸਰਪੰਚ ਜੀ ਉਹਨਾਂ ਦੇ ਨਾਂ ਤੇ, ਔਰ ਬੈਂਕਾ ਹੋ ਰਹੇ ਬਾਲੀ ਜੀ ਗੋਲੜੋ ਤੋਂ ਕਾਜਲ ਦੇ ਨਾਂ ਤੇ, ਬਾਲੀ ਜੀ ਗੋਲੜੋ ਤੋਂ ਕਾਜਲ ਦੇ ਨਾਂ ਤੇ ਬੈਂਕ ਮੈਦਾਨ ਕੀਤੀ ਮਿਹਰਬਾਨੀ ਸ਼ੁਕਰੀਆ ਜੀ। ਹਾਂਜੀ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਚੱਲਦੇ ਹਾਂ ਇਸ ਮਹਿਫਲ ਦਾ ਸ਼ਿੰਗਾਰ ਇੱਕ ਖੂਬਸੂਰਤ ਬੰਦਗੀ ਦੇ ਨਾਲ, ਉਸ ਤੋਂ ਪਹਿਲਾਂ ਸੋਨੀਆ ਦੁੱਗਲ ਜੀ। ਹਾਂਜੀ, ਬਹੁਤ ਸਾਰੀ ਬੇਨਤ ਮੈਂ ਲਾਲਾਂ ਵਾਲੀ ਸਰਕਾਰ ਪੱਪੂ ਸਰਕਾਰ ਦੇ ਨਾਂ ਤੇ ਸੀ, ਬਹੁਤ ਸਾਰੀ ਬੇਨਤ ਮੈਂ ਆ ਇੱਕ ਵਾਰੀ ਫੁਕਰਾਂ ਫਕੀਰਾਂ ਦੇ ਨਾਮ ਤੇ ਇਹਨਾਂ ਦੇ ਵਿਰਾਮ ਤੇ ਤਾੜੀਆਂ ਮਾਰ ਦਿਓ ਜਿੰਨੀ ਵੀ ਸੰਗਤ ਬੈਠੀ ਹੈ ਜੀ। ਬਹੁਤ ਸਾਰੀ ਬੇਨਤ ਮੈਂ ਸਪੈਸ਼ਲ ਪ੍ਰਾਈਜ਼ 1,000 ਰੁਪਇਆ ਸਾਡੀ ਨੁਹਾਣੀ ਸਿੰਘ ਪਾਰਟੀ ਦਾ ਮਾਨ ਕਰਦੇ ਨੇ, ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਹੋਰ ਦੱਸ ਦੇ ਕਨਾਲ ਦੇ ਸੀ, ਕਨਾਲ ਵੱਲੋਂ ਸੀ, ਪੈਦਲ ਸ਼ੁਕਰੀਆ ਤਾਂ ਕਰਦੇ, ਖਰਚਿਆਂ ਤੋਂ ਜਿੰਨੀ ਵੀ ਸੰਗਤ ਆਈ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
ਮਹਿਫਲ ਦੀ ਖੂਬਸੂਰਤ ਮਗਜ਼ੀ ਦੇ ਨਾਲ ਲੈ ਕੇ ਹਾਜ਼ਰ ਮੈਂ ਰੂਹੀ